ਆਓ ਜੀ, ਤੁਸੀਂ 6 ਮਹੀਨੇ ਜੇਲ੍ਹ 'ਚ ਰਹਿ ਕੇ ਆਏ ਹੋ ਰਿਸ਼ਵਤਖੋਰੀ ਦੇ ਮਾਮਲੇ 'ਚ, ਅਤੇ ਤੁਹਾਡੀ ਇੰਨੀ ਕੁ ਘੁੱਗੀ ਵਰਗੀ ਧੌਣ ਨਿਕਲ ਆਈ ਸੀ। ਤੇਰੇ 2 ਮੰਤਰੀ 2.5 ਸਾਲ ਜੇਲ੍ਹ 'ਚ ਰਿਸ਼ਵਤਖੋਰੀ 'ਚ ਰਹਿ ਕੇ ਆਏ ਨੇ, ਤੈਨੂੰ ਜਾਵੇਂ ਤੇ ਰਿਸ਼ਵਤ, ਤੂੰ ਕਹਿੰਦਾ ਅਸੀਂ ਇਮਾਨਦਾਰ ਹਾਂ, ਅਤੇ ਜੇ ਕਿਸੇ ਦੂਸਰੇ 'ਤੇ ਉਂਗਲ ਖੜ ਕਰਨਾ, ਮੈਂ ਇਹਦੇ 'ਤੇ ਅੱਜ ਹੀ ਕੇਸ ਕਰ ਦਿੱਤਾ ਪੁੱਤ ਤੇਰੀਆਂ 'ਤੇ, ਮੈਂ ਕਢਾਊਂ ਚੀਕਾਂ ਬਟਾਲੇ 'ਚ, ਬਟਾਲੇ ਦੀ ਅਦਾਲਤ 'ਚ ਇਹਦੇ ਮੈਂ ਚੀਕਾਂ ਕਢਾਊਂ, ਅਤੇ ਘੁੰਮਣਾ ਵਾਲਿਓ ਤੁਸੀਂ ਮੇਰੇ ਨਾਲ ਤਰੀਕੇ ਜਾਇਆ ਕਰਨਾ ਸਾਰੇ, ਚਾਹ ਉੱਥੇ ਹੀ ਪਿਆ ਕਰਾਂਗੇ, ਅਤੇ ਇਹਨੂੰ ਲਾਲੇ ਨੂੰ ਵੀ ਉੱਥੇ ਹੀ ਪਿਆ ਕਰਾਂਗੇ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਉਹਦੇ 'ਤੇ ਚੱਲਣਾ ਕੋਈ ਗੁਰਦੇ ਵਾਲਾ ਹੀ ਚੱਲ ਸਕਦਾ। ਆਪਣਾ ਮਨ ਸਾਫ਼ ਰੱਖਣਾ ਚਾਹੀਦਾ, ਬੇਈਮਾਨਾਂ ਦਾ ਕੋਈ ਨਹੀਂ ਜੇ ਹੁੰਦਾ। ਆ ਪਵਿੱਤਰ ਜਗ੍ਹਾ 'ਤੇ ਬਾਬੇ ਘੁੰਮਣਾ ਵਾਲੇ ਦੀ ਜਗ੍ਹਾ 'ਤੇ ਖੜ੍ਹੇ ਹਾਂ। ਜਿਹੜਾ ਇੱਥੋਂ ਬੰਦਾ ਝੂਠ ਬੋਲੇਗਾ ਉਹ ਕਦੀ ਨਹੀਂ ਜੇ ਫੜੇਗਾ। ਜਿਹੜਾ ਬੰਦਾ ਨਸ਼ੇ ਦੇ ਬਰਖਿਲਾਫ ਨਹੀਂ ਬੋਲ ਸਕਦਾ, ਕਿਸੇ ਦੀ ਅੱਖ 'ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦਾ, ਉਹ ਲੀਡਰ ਦੇਸ਼ ਧਰੋਹੀ ਆ। ਉਹ ਆਪਣੇ ਲੋਕਾਂ ਦਾ ਨਹੀਂ, ਉਹ ਆਪਣੀ ਪਬਲਿਕ ਦਾ ਨਹੀਂ। ਗੁਰਦਾ ਚਾਹੀਦਾ ਇਹ ਗੱਲਾਂ ਕਰਦੇ ਨੇ ਕਿ ਅਸੀਂ ਗੈਂਗਿਜ਼ਮ ਜਿਹੜਾ ਲਿਆਂਦਾ ਉਹ ਪਿਛਲੀਆਂ ਸਰਕਾਰਾਂ ਲਿਆਂਦੀਆਂ, ਬੰਦ ਕਰਨਾ। ਇੱਕ ਅਕਾਲੀ ਦਲ ਤਾਂ ਖਤਮ ਹੋ ਗਿਆ, ਅਤੇ ਦੂਸਰਾ ਤੂੰ ਸਾਨੂੰ ਹਰਾਇਆ, ਸਾਡੀਆਂ 17 ਸੀਟਾਂ ਆਈਆਂ, ਅਤੇ ਅਜੇ ਕੀ ਤੂੰ ਚਾਹੁੰਦਾ ਕਿ ਉਹ ਪੁਰਾਣਾ ਹੀ ਤੁਰਿਆ ਆਉਂਦਾ। ਤੇਰਾ ਟਾਈਮ 3 ਸਾਲ ਹੋ ਗਏ ਨੇ ਆਪਣੀ ਜੇਲ੍ਹਾਂ 'ਚੋਂ, ਅਤੇ ਉਹਨਾਂ ਦੇ ਥਾਣੇ ਦੇ ਵਿੱਚੋਂ ਤੂੰ ਇੰਟਰਵਿਊਆਂ ਕਰਵਾ ਰਿਹਾ ਬਿਸ਼ਨੋਈ ਵਰਗਿਆਂ ਦੇ, ਪੈਸੇ ਲੈ ਕੇ ਉਹ ਕਿਹਨੇ ਰੋਕਣੇ ਆ? ਮੇਰੇ ਕੋਲ ਰਿਹਾ ਮਹਿਕਮਾ ਜੇਲ੍ਹਾਂ ਦਾ ਸਰਪੰਚ ਸਾਹਿਬ, ਕਦੀ ਮੈਂ ਚੂੰ ਕਰ ਦਿੱਤੀ ਸੀ? ਅਤੇ ਇਹਦੀ ਤਾਂ ਰੋਜ਼ ਇਹਦੇ 'ਤੇ ਮੂੰਹ 'ਤੇ ਕਾਲਖ ਮਲਦੇ ਨੇ ਜਿਹੜੇ ਗੈਂਗਸਟਰ ਨੇ ਇਹਦੇ ਕੋਲ ਮਹਿਕਮੇ, ਹੁਣ ਇਹਦੇ ਕੋਲ ਛਡਵਾਇਆ ਉਹਨਾਂ ਨੇ ਕਿ ਤੇਰਾ ਬੇੜਾ ਗਰਕ ਹੋ ਚੱਲਿਆ, ਲੋਕ ਤੇਰੇ ਬਰਖਿਲਾਫ ਹੋ ਗਏ ਨੇ, ਤਾਂ ਛੱਡ ਦੇ ਮਹਿਕਮਾ। ਆਪਾਂ ਨੂੰ ਜ਼ਮੀਰ ਜਗਾਉਣੀ ਪੈਣੀ ਆ। ਅੱਜ ਵੀ ਦੁਨੀਆ ਆਉਂਦੀ ਆ ਘੁੰਮਣ ਬਾਦਸ਼ਾਹ ਨੂੰ ਮੱਥਾ ਟੇਕਣ, ਅਤੇ ਨਾਲ ਹੀ ਇੱਥੋਂ ਅਰਦਾਸ ਕਰਕੇ ਜਾਂਦੀ ਆ, ਅਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ।